14 ਪੰਨਿਆਂ ਵਾਲੀ ਕਦੇ ਨਾ ਖਤਮ ਹੋਣ ਵਾਲੀ ਕਿਤਾਬ। ਤੁਸੀਂ ਆਪਣੀ ਇੱਕ ਤਸਵੀਰ ਵਾਲੀ ਕਿਤਾਬ ਬਣਾ ਸਕਦੇ ਹੋ। ਦੋ ਵੱਡੇ ਚੌਰਸ ਪੰਨੇ ਲਵੋ ਤੇ ਉਹਨਾਂ ਨੂੰ 16 ਛੋਟੇ ਚੌਰਸ ਹਿੱਸਿਆਂ ਵਿੱਚ ਮੋੜੋ। ਇੱਕ ਵੱਡੇ ਟੁਕੜੇ ਨੂੰ ਵਿੱਚੋਂ ਅੱਧਾ ਕੱਟ ਲਵੋ ਤਾਂ ਜੋ ਉਸਦੇ 4x2 ਦੇ ਦੋ ਟੁਕੜੇ ਹੋ ਜਾਣ। ਹੁਣ ਬਾਕੀ ਦੇ ਟੁਕੜਿਆਂ ਨੂੰ ਵੀ ਕੱਟ ਲਵੋ ਪਰ ਸਿਰਫ 3 ਹਿੱਸਿਆਂ ਵਿੱਚ। ਹੁਣ ਨਿਸ਼ਾਨ ਲਾਏ ਹੋਏ ਚੌਰਸ ਤੇ ਗੋਂਦ ਲਾਓ ਅਤੇ ਇੱਕ 4x2 ਟੁਕੜੇ ਨੂੰ ਮੋੜੋ ਅਤੇ ਉਸਨੂੰ ਵੀ ਨਾਲ ਚਿਪਕਾ ਦਵੋ। ਫਿਰ ਉਸਦੇ ਬਾਅਦ ਕਾਗਜ਼ ਨੂੰ ਪੂਰੀ ਤਰ੍ਹਾਂ ਕੱਟ ਲਵੋ। ਹੁਣ ਦੂਜੇ 4x2 ਟੁਕੜੇ ਨੂੰ ਮੋੜੋ ਅਤੇ ਉਸਤੇ ਗੂੰਦ ਲਾ ਕੇ ਜੋੜ ਦਵੋ। ਤੁਹਾਡੀ ਤਸਵੀਰਾਂ ਵਾਲੀ ਕਿਤਾਬ ਤਿਆਰ ਹੈ। ਇਸ ਨੂੰ ਮੋੜ ਕੇ ਜਾਂ ਘੁਮਾ ਕੇ ਇਸ ਨਾਲ ਖੇਡੋ। ਇਸ ਉੱਤੇ 1 ਤੋਂ 14 ਨੰਬਰ ਲਿਖੋ। ਅੰਤ ਵਿੱਚ ਇੱਕ ਕਹਾਣੀ ਸੋਚ ਕੇ ਸਾਰੇ ਪੰਨਿਆਂ ਤੇ ਤਸਵੀਰਾਂ ਬਣਾ ਕੇ ਆਪਣੀ ਤਸਵੀਰ ਵਾਲੀ ਕਿਤਾਬ ਬਣਾਓ।